ਇੱਥੇ ਐਕਸੀਡੈਂਟ ਹੋਇਆ ਨਾ, ਇਹ ਧੁੰਦ ਬਹੁਤ ਜ਼ਿਆਦਾ ਪੈ ਰਹੀ ਸੀ, ਕੁਛ ਇੱਥੇ ਨਾ ਨੇੜੇ ਕੂੜੇ ਵਾਲਾ ਡੰਪ ਹੈ ਜੀ, ਹਾਂਜੀ, ਉਹਨੂੰ ਅੱਗ ਲਾ ਦਿੰਦੇ ਆ, ਉਹ ਬਹੁਤ ਗਲਤ ਗੱਲ ਹੈ ਜੀ, ਕਿਉਂਕਿ ਉਹ ਇੱਕ ਬਹੁਤ ਵੱਡਾ ਹਾਦਸੇ ਦਾ ਸ਼ਿਕਾਰ ਬਣਦਾ, ਅਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹਰ ਰੋਜ਼ ਦਾ ਕਾਰਨ ਇਹ ਜਿਹੜੀ ਅੱਗ ਲਾਉਂਦੇ ਆ, ਕੋਈ ਨਾ ਕੋਈ ਐਕਸੀਡੈਂਟ ਹੋਇਆ ਹੀ ਰਹਿੰਦਾ। ਅਤੇ ਅਸੀਂ ਪਹਿਲਾਂ ਵੀ ਆਏ ਸੀਗੇ, ਦੋ ਤਿੰਨ ਪੇਸ਼ੈਂਟ ਪਹਿਲਾਂ ਲੈ ਚੁੱਕੇ ਹਾਂ, ਜਿਹਦੇ ਵਿੱਚ ਇੱਕ ਬੱਸ ਡਰਾਈਵਰ ਦੀ ਮੌਤ ਹੋ ਚੁੱਕੀ ਆ। ਹਾਂਜੀ, ਕਿਹੜੀ ਗੱਡੀ 'ਤੇ ਕੰਮ ਕਰਦੇ ਹੋ ਤੁਸੀਂ? ਅਸੀਂ 108 ਐਂਬੂਲੈਂਸ ਰਾਜਪੁਰਾ ਸਿਵਲ ਹੋਸਪਿਟਲ ਖੜ੍ਹਦੀ ਹੈ ਜੀ। ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ? ਅਸੀਂ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਇੱਦਾਂ ਦੇ ਹਾਦਸੇ ਹੁੰਦੇ ਆ, ਅਤੇ ਪ੍ਰਸ਼ਾਸਨ ਨੂੰ ਕਹਿ ਕੇ ਵੀ ਜਲਦੀ ਤੋਂ ਜਲਦੀ ਉਹਨਾਂ ਦਾ ਹੱਲ ਕਰਵਾਇਆ ਜਾਵੇ, ਕਿਉਂਕਿ ਧੁੰਦਾਂ ਦਾ ਕਾਰਨ ਹੈ ਇਹੋ ਜਿਹੇ ਧੁੰਦਾਂ ਦੇ ਵਿੱਚ ਨੇੜੇ ਹਾਦਸਿਆਂ ਦਾ ਕਾਰਨ ਇਹੀ ਹੈ ਕਿ ਜਿਹੜੇ ਅੱਗ ਲਾਉਂਦੇ ਆ, ਉਹ ਚਾਹੇ ਪਰਾਲੀ ਹੋਵੇ ਜਾਂ ਕੋਈ ਕੂੜੇ ਵਾਲਾ ਡੰਪ ਹੋਵੇ, ਉਹਨਾਂ ਨੂੰ ਅੱਗ ਨਾ ਲਾਈ ਜਾਵੇ ਜੀ।